ਸਦਿਕ ਨੰਬਰ ਜਾਰੀ ਕੀਤਾ ਗਿਆ ਹੈ ਤੇ एग्जाम ਵੀ ਨੇੜੇ ਹੈਗੇ ਨੇ ਤੇ ਨੰਬਰ ਜਾਰੀ ਕੀਤਾ ਗਿਆ ਕਿ ਕੁਝ ਉਸ ਟੋਲ ਫਰੀ ਨੰਬਰ ਦਾ ਫਾਇਦਾ ਹੋਣ ਵਾਲਾ ਹੈ CBSE ਬੋਰਡ ਹਰ ਸਾਲ ਇਹ ਟੋਲ ਫਰੀ ਨੰਬਰ ਦਿੱਤਾ ਹੈ ਲੇਕਿਨ ਇਸ ਵਾਰ CBSE ਨੇ ਬੜਾ ਅੱਛਾ ਪ੍ਰੋਗਰਾ ਕੀਤਾ ਹੈ ਇਹਨਾਂ ਨੇ ਕਮ ਸੇ ਕਮ ਵੀ ਸਵਾ ਮਹੀਨਾ ਪਹਿਲੇ ਬੱਚੋ ਕੀ ਇੱਕ ਟੋਲ ਫਰੀ ਨੰਬਰ ਦੇ ਦਿਆ ਹੈ ਇਸ ਨੰਬਰ ਕੇ ਜ਼ਰੀਏ ਬੱਚੇ ਆਪਣੇ ਜਿੰਨੇ ਵੀ ਡਾਊਟਸ ਹੈ ਉਹ ਆਪਣੇ ਕਲੀਅਰ ਕਰ ਸਕਤੇ ਹੈ ਕਈ ਵਾਰ ਐਸਾ ਹੁੰਦਾ ਹੈ ਕਿ ਬੱਚੇ ਟੀਚਰਸ ਤੋਂ ਡਰ ਫੀਲ ਕਰਤੇ ਹੈ ये तो घर बैठे बैठाए नंबर उनके पास है जो प्रॉब्लम है वो बिल्कुल खुली कोई कर सकते फ्रेंडली बात कर सकते हैं ये तो सी बी एस ई का है रियली इट इज़ मोर बेनिफिशियल फॉर द चिल्ड्रन एज वेल सेकेंडली कि जो एक एग्ज़ाम है एग्ज़ाम इज ए वेरी बिग स्ट्रेस फॉर द चिल्ड्रन तो ये उपरॉले के जरिए बच्चों को डाउट होगा कोई प्रॉब्लम होगी तो अपने सी बी एस ई बोर्ड से पूछ सकते हैं कोई अपने शंके है वो सब तरीके दूर कर सकते हैं 2 ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਦੇ ਦਿੱਤਾ ਗਿਆ ਇਸ ਵਾਰ ਅਕਸਰ ਪਹਿਲਾਂ ਦੇਖਿਆ ਗਿਆ ਸੀ ਕਈ ਬੱਚੇ ਨੂੰ ਸਰ ਪਤਾ ਨਹੀਂ ਹੁੰਦਾਗਾ ਕਿ ਟੋਲ ਫਰੀ ਨੰਬਰ ਹੈ ਕੀ ਵੀ ਗੱਲ ਕਿੱਦਾਂ ਕਰਨੀ ਹੈ ਕਿਵੇਂ ਕਰਨੀ ਹੈ ਪਤਾ ਹੀ ਨਹੀਂ ਹੁੰਦਾ ਉਹ ਟੋਲ ਫਰੀ ਦਾ ਕਿਸ ਤਰ੍ਹਾਂ ਗੱਲ ਕਰਦੀ ਹੈ ਜੀ ਕਈ ਵਾਰੀ ਹੁੰਦਾ ਬਿਜ਼ੀ ਦੀ ਹੁੰਦੇ ਨੇ ਫੋਨ ਤੇ ਡੇਢ ਮਹੀਨਾ ਪਹਿਲਾਂ ਕੀ ਹੁਣ ਇਸ ਪ੍ਰੋਬਲਮ ਫੇਰ ਉਹ ਆਏਗੀ ਪਿਛਲੀ ਵਾਰ ਕਾਫੀ ਪ੍ਰੋਬਲਮਸ ਆਏ ਸੀ ਵੀ ਬਿਜ਼ੀ ਹੁੰਦੇ ਸੀ ਨੰਬਰ ਉਹ ਬ੍ਰਦਰ ਜੀ ਉਹ ਟੋਲ ਫਰੀ ਨੰਬਰ ਦਿਆ ਗਿਆ ਹੈ ਪਹਿਲੇ ਬਿਲਕੁਲ ਐਗਜ਼ਾਮ ਕੇ ਨਜ਼ਦੀਕ دیا ਕਰ ਟਾਈਮ ਬਹੁਤ ਕਮ ਹੁੰਦਾ ਥਾ ਉਹ ਨੰਬਰ ਬਿਜ਼ੀ ਜਾਂਦਾ ਥਾ बच्चे दे आर नॉट एबल टू आस्क एनी क्वेश्चन टू द सी बी एस ई अब जो पहले देने का परपज का यही है कि चिल्ड्रन है लॉट ऑफ टाइम दे कैन क्लियर देयर डाउट फैक्टरी एग्जाम एक ऐसा हुआ है पेरेंट के लिए बच्चों के लिए कई दफ़ा बच्चे इतना एक्सट्रीम स्टेप लेते हैं hmm. और कई दफ़ा बाद अपने पेरेंट को पछताना पड़ता टीचर को भी बचाना पड़ता और गवर्नमेंट भी वो सारा इसके लिए होती है जुमर होती है इसलिए गवर्नमेंट ने सी बी एस ई में ये प्रॉला दिया कल को बच्चा टेंशन में होकर कोई किसी किस्म की सुसाइड ना कर सके ਸਸ਼ੀਕਲ ਸਿਟੀ ਹੈਡਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸਦੀਏ ਪਲੱਸ 2 ਤੇ 10th ਦੇ ਜਿਹੜੇ ਪੇਪਰ ਆਉਣ ਵਾਲੇ ਨੇ ਤਾਂ ਉਸ ਤੋਂ ਪਹਿਲਾਂ ਹੀ CBSE ਬੋਰਡ ਵੱਲੋਂ ਇੱਕ ਗਾਈਡਲਾਈਨ ਜਾਰੀ ਕੀਤੀ ਗਈ ਨੇ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਅਕਸਰ ਦੇਖਿਆ ਜਾਂਦਾ ਸੀ ਪੇਪਰਾਂ ਦੇ ਨੇੜੇ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਸੀ ਪਰ ਹੁਣ ਉਸ ਪਰੇਸ਼ਾਨੀ ਦਾ ਜਲਾ ਹੱਲ ਹੈ ਉਹ CBSE ਬੋਰਡ ਵੱਲੋਂ ਕੱਢਿਆ ਗਿਆ ਹੈ ਸਾਡੇ ਨਾਲ ਸਰ ਮੌਜੂਦ ਨੇ ਗੱਲ ਕਰਾਂਗੇ ਬਦਰੀ ਜਾਣਕਾਰੀ ਸਰ ਸਭ ਤੋਂ ਪਹਿਲਾਂ ਤਾਂ ਸਸ਼ੀਕਲ ਸਸ਼ੀਕਲ ਜੀ ਅਸਰਿਕ ਨੰਬਰ ਜਾਰੀ ਕੀਤਾ ਗਿਆ ਹੈ ਤੇ ਐਗਜ਼ਾਮ ਵੀ ਨੇੜੇ ਹੈਗੇ ਨੇ ਤੇ ਨੰਬਰ ਜਾਰੀ ਕੀਤਾ ਗਿਆ ਕੀ ਕੁਝ ਉਸ ਟੋਲ ਫਰੀ ਨੰਬਰ ਦਾ ਫਾਇਦਾ ਹੋਣ ਵਾਲਾ ਬੱਚਿਆਂ ਨੂੰ ਮੈਂ ਆਪ ਕੋ ਇਹ ਦੱਸਣਾ ਚਾਹਤਾ ਹੂੰ ਮੈਂ ਸੈਮੂਲ ਪ੍ਰਿੰਸੀਪਲ ਸੇਂਟ ਅਮਸੀਨਸ ਕੰਡੀ ਸਕੂਲ ਜੀ ਔਰ ਮੈਂ ਆਪ ਕੋ ਇਹ ਦੱਸਣਾ ਚਾਹਤਾ ਹੂੰ ਕਿ ਸੀਬੀਐਸਸੀ ਬੋਰਡ ਹਰ ਸਾਲ ਇਹ ਟੋਲ ਫਰੀ ਨੰਬਰ ਦਿੰਦਾ ਹੈ ਲੇਕਿਨ ਇਸ ਵਾਰ ਸੀਬੀਐਸਸੀ ਨੇ ਬੜਾ ਅੱਛਾ ਪ੍ਰੋਲੋਗ ਕੀਤਾ ਇਹਨਾਂ ਨੇ ਕਮ ਸੇ ਕਮ ਵੀ ਸਵਾ ਮਹੀਨਾ ਪਹਿਲੇ ਬੱਚੋਂ ਕੋਈ ਟੋਲ ਫਰੀ ਨੰਬਰ ਦੇ ਦਿਆ ਇਸ ਨੰਬਰ ਕੇ ਜ਼ਰੀਏ ਬੱਚੇ ਆਪਣੇ ਜਿੰਨੇ ਵੀ ਡਾਊਟਸ ਹੈ वो अपने क्लियर कर सकते हैं कई बार ऐसा होता है कि बच्चे टीचर से डर फील करते हैं ये तो घर बैठे बैठाए नंबर उनके पास है जो प्रॉब्लम है वो बिल्कुल खुले या उनकी कर सकते फ्रेंडली बात कर सकते हैं ये तो सी बी एस जो उपरला है रियली इट इज़ मोर बेनिफिशियल फॉर द चिल्ड्रन एज वेल सेकेंडली कि जो एक एग्ज़ाम है एग्जाम इज ए वेरी बिग स्ट्रेस फॉर द चिल्ड्रन तो ये उपरे के जरिए बच्चों को डाउट होगा कोई प्रॉब्लम होगी तो अपने सी बोर्ड से पूछ सकते हैं ਕੋਈ ਆਪਣੇ ਸ਼ੰਕੇ ਹੈ ਉਹ ਸਭ ਤਰ੍ਹਾਂ ਦੇ ਦੂਰ ਕਰ ਸਕਦੇ ਆ ਸਰ CBSE ਬੋਰਡ ਵੀ ਹੋਰ ਜਿਹੜਾ ਪੰਜਾਬ ਬੋਰਡ ਹੈਗਾ ਉਹਦੇ ਵਿੱਚ ਨਹੀਂ ਹੈਗਾ ਕਿ ਉਹਦੇ ਵਿੱਚ ਵੀ ਹੈਗਾ ਜਾਂ CBSE ਬੋਰਡ ਦੇ ਵਿੱਚ ਖਾਸ ਕਰਕੇ ਜਿਹੜਾ ਇਹ ਵਧੀਆ ਬੈਨੀਫਿਟ ਜਿਹੜਾ ਦਿੱਤਾ ਗਿਆ ਬੱਚਿਆਂ ਨੂੰ ਦੇਖੋ ਕਿ ਆਈ ਐਮ ਦਾ ਪ੍ਰਿੰਸੀਪਲ ਆਫ ਦਾ CBSE ਸਕੂਲ ਆਈ ਨੋਸ ਓਨਲੀ ਅਬਾਊਟ ਦਾ CBSE ਨਾਟ ਅਬਾਊਟ ਦਾ PSEB ਜੀ ਤੋਂ ਜੋ 12 ਫੀਟ ਨੰਬਰ ਦਿਆ ਗਿਆ ਹੈ ਇਹ ਬੋਰਡ ਕਲਾਸ 10th ਹੋ 12th ਲਈ ਦਿਆ ਗਿਆ ਹੈ ਤਾਂ ਕਿ ਬੱਚੇ ਜੋ ਟੈਨਸ਼ਨ ਫਰੀ ਹੋ ਕੇ ਆਪਣੇ ਐਗਜ਼ਾਮ ਦੇਣ ਐਗਜ਼ਾਮ ਇੱਕ ਤਰ੍ਹਾਂ ਸਟ्रेस ਹੈ ਕਈ ਦਫਾ ਬੱਚੇ ਕੀ ਕੁਝ ਕਰ ਲੈਂਦੇ ਆ ਉਹ ਸਾਰੀ ਬਾਤੋਂ ਕੋ ਸਾਹਮਣੇ ਰੱਖਤੇ ਹੋਏ ਬੱਚੋ ਕੋ ਇਹ ਚੀਜ਼ ਦੀ ਗਈ ਹੈ ਕਿ ਬੱਚੇ ਆਪਣਾ ਕੰਫਰਟੇਬਲ ਫੀਲ ਕਰ ਸਕੇ 2 ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਦੇ ਦਿੱਤਾ ਗਿਆ ਇਸ ਵਾਰ ਅਕਸਰ ਪਹਿਲਾਂ ਦੇਖਿਆ ਗਿਆ ਸੀ ਕਈ ਬੱਚੇ ਨੂੰ ਸਰ ਪਤਾ ਨਹੀਂ ਹੁੰਦਾਗਾ ਕਿ ਟੋਲ ਫਰੀ ਨੰਬਰ ਹੈ ਕਿ ਵੀ ਗੱਲ ਕਿਦਾਂ ਕਰਨੀ ਹੈ ਕਿਵੇਂ ਕਰਨੀ ਹੈ ਪਤਾ ਹੀ ਨਹੀਂ ਹੁੰਦਾ ਉਹ ਟੋਲ ਫਰੀ ਦਾ ਕਿਸ ਤਰ੍ਹਾਂ ਗੱਲ ਕਰਨੀ ਹੈ ਵੀ ਕਈ ਵਾਰੀ ਹੁੰਦਾ ਬਿਜ਼ੀ ਦੀ ਹੁੰਦੇ ਨੇ ਫੋਨ ਤੇ ਡੇਢ ਮਹੀਨਾ ਪਹਿਲਾਂ ਕੀ ਹੁਣ ਇਸ ਪ੍ਰੋਬਲਮ ਫੇਰ ਉਹ ਆਏਗੀ ਪਿਛਲੀ ਵਾਰ ਕਾਫੀ ਪ੍ਰੋਬਲਮਸ ਆਏ ਸੀ ਵੀ ਬਿਜ਼ੀ ਹੁੰਦੇ ਸੀ ਨੰਬਰ ਉਹ ਬ੍ਰਦਰ ਜੋ 12th ਨੰਬਰ دیا ਗਿਆ ਹੈ ਪਹਿਲੇ ਬਿਲਕੁਲ ਐਗਜ਼ਾਮ ਦੇ ਨਜ਼ਦੀਕ دیاਤਰ ਟਾਈਮ ਬਹੁਤ ਕਮ ਹੁੰਦਾ ਸੀ ਉਹ ਨੰਬਰ ਬਿਜੀ ਜਾਂਦਾ ਸੀ ਬੱਚੇ ਦੇ ਆਰ ਨਾਟ ਏਬਲ ਟੂ ਆਸਕ ਐਨੀ ਕੁਐਸਚਨ ਟੂ ਦ ਸੀਬੀਐਸਸੀ ਅਬ ਜੋ ਪਹਿਲੇ ਦੇਣੇ ਦਾ ਪਰਪਸਾਹੀ ਹੈ ਕਿ ਚਿਲਡਰ ਹੈ ਟੂ ਲੋਟ ਆਫ ਟਾਈਮ ਦੇ ਕੈਨ ਕਲੀਅਰ ਦੇਅਰ ਡਾਊਟ ਇਫੈਕਟਿਵਲੀ ਤੁਹਾਡੇ ਸਾਹਮਣੇ ਬੱਚੇ ਕਿੰਨਾ ਦਾ ਸਟ्रेस ਦੇ ਵਿੱਚ ਆ ਜਾਂਦੇ ਪਲੱਸ 2 ਦੇ ਐਗਜ਼ਾਮ ਦੇ ਨੇੜੇ ਤੇ ਕਿੰਨਾ ਦਾ ਜਿਹੜਾ ਫਾਇਦਾ ਹੁਣ ਬੱਚਿਆਂ ਨੂੰ ਹੋਣ ਆਲਾ ਸਰ मैं आपको ये बताना चाहता हूँ कि मैंने आपको बोला कि एग्जाम एक ऐसा हुआ है पेरेंट के लिए बच्चों के लिए कई दफ़ा बच्चे इतना एक्सट्रीम स्टेप लेते हैं और कई दफ़ा बाद अपने पेरेंट को पछताना पड़ता टीचर को भी बचाना पड़ता और गवर्नमेंट भी वो सारा इसके लिए होती है जिमर होती है इसलिए गवर्नमेंट ने सी बी एस ई में यही प्रॉवला दिया कल को कोई बच्चा टेंशन में होकर कोई किसी किस्म की सुसाइड ना कर सके सर इसे टोल फ्री नंबर की टाइमिंग की हैगी मैं ब्रदर जो पेपर में पढ़ा है वो सारा वो क्लियर मेंशन किया हो कि किसी बच्चे की कोई प्रॉब्लम है वो साढ़े नौ से लेकर साढ़े पाँच बजे तक किसी टाइम भी वो क्वेश्चन कर सकता उसकी सारी सारी प्रॉब्लम रिजॉल्व हो सकती है।, है और ठीक है ये टाइमिंग है सिर्फ मंडे टू सैटरडे इम्प्लीमेंट है और संडे बिल्कुल नहीं संडे बिल्कुल बच्चे रेस्ट करेंगे उससे जो सोचना है सोच के नेक्स्ट डे जो पूरे हफ्ते में वो क्वेश्चन कर सकते हैं सर टोल फ्री नंबर भी एक बार डिस्प्ले कर दे अच्छा टोल फ्री नंबर ये है कि वन एट डबल जीरो डबल वन एट डबल जीरो फोर और ये टोल फ्री नंबर सिर्फ ये बच्चों उसके लिए बच्चों को हल करें हम भी बैठे हुए हैं जो हमारी रिस्पॉन्सिबिलिटी है कि बच्चे की टेंशन को दूर करना बच्चे को स्ट्रेस फ्री दूर करना इवन दे कैन आस्क द क्वेश्चन टू माई टीचर एज वेल एक प्रिंसिपल से क्वेश्चन कर सकते हैं टीचर से भी हल कर सकते हैं कोई प्रॉब्लम भी है मेरे इवन स्पोर्टिंग स्टाफ भी तैयार है वी आर रेडी एट ऑल द टाइम बट गवर्नमेंट बिल्कुल जो गवर्नमेंट स्कीम लेती सब उसको पालन करें करेंगे हम लोग ठीक है ओके थैंक यू सर अपने स्कूल के किन्ने के बच्चे इस चीज़ तो अवेयर है ने? या टेंथ की गल कर लिए प्लस टू की गल कर लिए अवेयर है ने इस चीज़ तो ब्रदर मैं आपको ये बताना चाहता हूँ कि डेली जब मॉर्निंग असेंबली कंडक्ट की जाती है मॉर्निंग असेंबली में हम न्यूज़ पढ़ते हैं जब वो न्यूज़ पढ़ते हैं तो हर एक जो नई न्यूज़ आती है वो हम पूरे बच्चों को बताते हैं हमने राउंड बोर्ड सारे बच्चों को पूरे स्कूल को मेरे पास राउंड बोट कतीसो बच्चा है हमने टोल ये इंस्ट्रक्शन जो है टोल फ्री नंबर है सिर्फ टेंथ और ट्वेल्थ के लिए है हम सब बच्चों को बता दिया अरे कोई नई वेअर होगा उनके लिए बार-बार हम टाइम टू टाइम अनाउंसमेंट करते रहेंगे जी जी सर बहुत-बहुत थैंक यू थोड़ा टाइम देने uh, so, ਲਈ सो हुन 10th ए प्लस 2 ਦੇ CBSE ਬੋਰਡ ਦੇ ਬੱਚਿਆਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਪ੍ਰਿੰਸੀਪਲ ਵੀ ਹੈਗੇ ਨੇ ਟੀਚਰ ਵੀ ਹੈਗੇ ਨੇ ਪਰ ਸਰਕਾਰ ਵੱਲੋਂ ਵੀ ਇੱਕ ਵਧੀਆ ਸਕੀਮ ਜਿਹੜੀ ਹੈ ਉਹ ਲਾਗੂ ਕੀਤੀ ਗਈ ਹੈ ਟੋਲ ਫਰੀ ਨੰਬਰ ਤੁਹਾਨੂੰ ਇੱਕ ਬਾਰ ਮੈਂ ਹੋਰ ਡਿਸਪਲੇ ਕਰ ਦਿੰਦਾ ਕੀ ਕੋਈ ਟੋਲ ਫਰੀ ਨੰਬਰ ਹੈ ਜਿਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਟਾਈਮਿੰਗ ਵੀ ਦੱਸ ਦਿਨਾ ਇੱਕ ਵਾਰ ਫਿਰ ਟੋਲ ਫਰੀ ਨੰਬਰ ਹੈਗਾ 1800118004 ਤੇ ਟਾਈਮਿੰਗ 9:30 ਤੋਂ 5:30 AM ਮੰਡੇ ਤੋਂ ਸੈਟਰਡੇ ਸੋ ਇਸ ਟੋਲ ਫਰੀ ਨੰਬਰ ਤੇ 10th A+2 ਦੇ ਬੱਚਿਆਂ ਨੂੰ ਬੜੀ ਸਹੂਲਤ ਮਿਲਣ ਵਾਲੀ ਹੈ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ